ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ? ਤੁਸੀਂ ਦੇਖਦੇ ਪਏ ਹੋ ਸਾਡਾ ਦੇਸ਼ ਸੱਚ ਐਨੀਮਲ ਟੀ ਵੀ ਯੂਟਿਊਬ ਚੈਨਲ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਾਜ਼ਮ। ਜਿੱਦਾਂ ਕਿ ਮੇਰਾ ਲਈ ਕੋਸ਼ਿਸ਼ ਕਰਨਾ ਹਰ ਰੋਜ਼ ਬਿਹਤਰੀਨ ਔਰ ਅੱਛੀ ਵੀਡੀਓ ਲੈ ਕੇ ਹਾਜ਼ਰ ਹੋਵਾਂ, ਇਸੇ ਤਰੀਕੇ ਅੱਜ ਘਰੇਲੂ ਜਾਨਵਰ ਦੀ ਵੀਡੀਓ ਦੋਸਤਾਂ ਵੀਰਾਂ ਵਾਸਤੇ ਲੈ ਕੇ ਹਾਜ਼ਰ ਹੋਇਆ। ਮਾਸ਼ਾਅੱਲਾ ਪਿਓਰ ਫ੍ਰੀਜ਼ੀਅਨ ਗਾਂ ਦੋਸਤਾਂ ਵੀਰਾਂ ਵਾਸਤੇ ਲੈ ਕੇ ਹਾਜ਼ਰ ਹੋਇਆ। ਅਗਰ ਵੀਡੀਓ ਪਸੰਦ ਆਵੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਨਹੀਂ ਦੋਸਤੋ ਭੁੱਲਣਾ। ਔਰ ਮੈਂ ਆਪਣੇ ਵੀਰਾਂ ਦੋਸਤਾਂ ਨੂੰ ਤਸੱਲੀ ਕਰਾਵਾਂਗਾ, ਮੇਰੇ ਵੀਰ ਵੇਖ ਲੈਣ ਮਾਸ਼ਾਅੱਲਾ ਸਿਰੋ ਰਿਜਨਲ ਮੋਨੀ ਦੋਸਤੋ, ਕੋਈ ਮੋਨੀ ਕੀਤੀ ਨਹੀਂ ਹੋਈ। ਬੜਾ ਪਿਆਰਾ ਜਾਨਵਰ ਦੋਸਤੋ, ਬੜਾ ਲਾਜਵਾਬ ਜਾਨਵਰ ਹੈ। ਮੇਰੇ ਵੀਰਾਂ ਦੋਸਤਾਂ ਨੇ ਤਸੱਲੀਆਂ ਕਰ ਲੈਣੀਆਂ ਨੇ ਮਾਸ਼ਾਅੱਲਾ। ਹਵਾਨੇ 'ਚੋਂ ਨਾੜਾ ਵਾਧਾ ਨਜ਼ਰ ਆਈ ਜਾਂਦੇ ਨੇ ਔਰ ਅੱਗੋਂ ਵਾਧਾ ਧੁਨੀ ਨਾਲ ਲਾਈ ਖੜੀ ਮਾਸ਼ਾਅੱਲਾ। ਔਰ ਮੁੱਠ ਮੁੱਠ ਦਾ ਥਾਣੇ ਪੂਰੀਆਂ ਵਿਰਲਾਂ 'ਚ, ਪੂਰੀਆਂ ਵੰਡਾਂ 'ਚ ਮਾਸ਼ਾਅੱਲਾ। ਇਹ ਮੇਰੇ ਵੀਰਾਂ ਦੋਸਤਾਂ ਨੇ ਤਸੱਲੀਆਂ ਕਰ ਲੈਣੀਆਂ ਨੇ। ਇਹਨੂੰ ਕਹਿੰਦੇ ਨੇ ਥੱਬਿਆਂ ਦਾ ਆਰਡਰ ਕੁਆਲਿਟੀ, ਗੱਲਾਂ ਨਾਲ ਨਹੀਂ, ਓਰਿਜਨਲ ਮਾਸ਼ਾਅੱਲਾ ਥੱਬਿਆਂ ਦਾ ਆਰਡਰ ਕੁਆਲਿਟੀ ਕਰਮ ਵਾਲੀ ਕੋਲੇ। ਇਹ ਮੇਰੇ ਵੀਰ ਦੋਸਤ ਤਸੱਲੀਆਂ ਕਰ ਲੈਣ, ਛੱਡ ਕੇ ਟੋਰਿਆ ਜੇ ਭਾਈ ਸਾਜਦ ਮੱਠਾ ਮੱਠਾ ਟੋਰੀ ਬਰਹਾਲ ਜ਼ਿਆਦਾ ਕਲਾਂ ਟੋਰੀ। ਇਹ ਮੇਰੇ ਵੀਰ ਦੋਸਤ ਤਸੱਲੀਆਂ ਕਰ ਲੈਣ ਮਾਸ਼ਾਅੱਲਾ। ਫਾੜਾ ਵਾਲਾ ਆਰਡਰ ਕੁਆਲਿਟੀ ਮੇਰੇ ਵੀਰਾਂ ਦੋਸਤਾਂ ਨੇ ਤਸੱਲੀਆਂ ਕਰ ਲੈਣੀਆਂ ਨੇ ਮਾਸ਼ਾਅੱਲਾ। ਫਾੜਾ ਵਾਲਾ ਆਰਡਰ ਕੁਆਲਿਟੀ ਕਰਮ ਵਾਲੀ ਦਾ ਔਰ ਮਾਸ਼ਾਅੱਲਾ ਇੰਨਾ ਹਵਾਨਾ ਪਿਆਰਾ ਕਿ ਪੈਰ ਰੱਖ ਕੇ ਉੱਪਰ ਚੜ੍ਹ ਜਾਓ ਮਾਸ਼ਾਅੱਲਾ। ਬੜਾ ਲਾਜਵਾਬ ਜਾਨਵਰ ਦੋਸਤੋ, ਬੜਾ ਪਿਆਰਾ ਜਾਨਵਰ ਔਰ ਬੜੀ ਵੱਡੀ ਗਾਂ ਹੈ ਦੋਸਤੋ, ਬੜੀ ਵੱਡੀ ਗਾਂ ਹੈ। ਮੈਂ ਵੀਰਾਂ ਦੋਸਤਾਂ ਨੂੰ ਬਾਰ ਬਾਰ ਦੱਸਦਾ ਜਾਵਾਂ, ਮੱਠਾ ਟੋਰ ਯਾਰ, ਮੱਠਾ ਟੋਰ ਸਾਜਦ, ਮੱਠਾ ਟੋਰ। ਇਹ ਮੇਰੇ ਵੀਰਾਂ ਦੋਸਤਾਂ ਨੇ ਤਸੱਲੀਆਂ ਕਰ ਲੈਣੀਆਂ ਨੇ ਮਾਸ਼ਾਅੱਲਾ। ਟੋਰ ਪਰਾਂ ਟੋਰ ਖੁੱਲ੍ਹ ਕੇ ਹੌਲੀ ਹੌਲੀ ਟੋਰੀ। ਇਹ ਮੇਰੇ ਵੀਰਾਂ ਦੋਸਤਾਂ ਨੇ ਟੁਰਨ ਫਿਰਨ ਵੇਖ ਲੈਣਾ ਮਾਸ਼ਾਅੱਲਾ। ਲੱਤਾਂ ਖਿਲਾਰ ਖਿਲਾਰ ਕੇ ਰੱਖ ਦਈਏ ਔਰ ਇਹ ਮੇਰੇ ਵੀਰ ਕੱਦ ਵੇਖ ਲੈਣ। ਪਰਲੇ ਪਾਸੇ ਭਾਈ ਸਾਜਦ ਖਲਾ, ਉਹਦੇ ਮੱਥੇ 'ਚ ਨਹੀਂ ਚੌੜੀ ਹੈ ਔਰ ਮਾਸ਼ਾਅੱਲਾ ਪੱਟਾਂ 'ਚੋਂ ਪੂਰੀ ਗਿੱਠ ਗਿੱਠ ਬਾਹਰ ਨਿਕਲੀ ਫਿਰਦੀ ਹੈ ਮਾਸ਼ਾਅੱਲਾ। ਇਹ ਮੇਰੇ ਵੀਰ ਦੇਸ ਵੇਖ ਲੈਣ, ਬਿਲਕੁਲ ਲੱਤਾਂ ਖਿਲਾਰ ਖਿਲਾਰ ਕੇ ਰੱਖਦੀ। ਬੜਾ ਆਰਡਰ ਕੁਆਲਿਟੀ ਦੋਸਤੋ, ਬੜਾ ਲਾਜਵਾਬ ਜਾਨਵਰ ਮਾਸ਼ਾਅੱਲਾ। ਲੈਣੇ ਦੇਣੇ ਨਸੀਬ ਹੁੰਦੇ ਨੇ, ਚੀਜ਼ ਹਮੇਸ਼ ਤੋਂ ਵੀਰਾਂ ਦੋਸਤਾਂ ਵਾਸਤੇ ਸੁਥਰੀ ਔਰ ਖਰੀ ਲੈ ਕੇ ਇਹਦੀ ਲੈ ਚੱਲੋ ਜੀ। ਬੰਨੋ ਬੱਚਾ ਲਾਓ, ਲਾਈਵ ਚੁਆਈ ਕਰਾਓ ਦੋਸਤਾਂ ਵੀਰਾਂ ਦੀ, ਅਸੀਲ ਸਾਹੂ ਦੀ ਤਸੱਲੀ ਹੋ ਜਾਵੇ ਔਰ ਛੱਟੇ ਫੁਆਰ ਦੀ ਤਸੱਲੀ ਹੋ ਜਾਵੇ ਮਾਸ਼ਾਅੱਲਾ। ਥੱਬਿਆਂ ਦਾ ਆਰਡਰ ਕੁਆਲਿਟੀ ਕਰਮ ਵਾਲੀ ਕੋਲੇ ਮਾਸ਼ਾਅੱਲਾ। ਔਰ ਮਗਰ ਵੀ ਦੋਸਤੋ ਵੱਛੀ ਹੈ ਮਾਸ਼ਾਅੱਲਾ, ਬੜੀ ਪਿਆਰੀ ਹੈ। ਮੇਰੇ ਵੀਰ ਵੇਖ ਲੈਣ, ਪਿਓਰ ਸੈਕਸੀਮਨ ਦੀ ਵੱਛੀ ਹੈ। ਚਲੋ ਜੀ, ਚਲੋ ਚਲੋ ਜੀ।
ਚਲੋ ਅਗਲਾ ਥੰਮ ਪਾ। ਚਲੋ ਜੀ ਮਾਸ਼ਾ ਅੱਲਾ ਹੂ ਦੀ ਆਵਾਜ਼ ਹੀ ਆਈ ਜਾਂਦੀ ਦੋਸਤੋ। ਮਾਸ਼ਾ ਚਲੋ ਲਾਓ ਆਲੇ ਬਾਲਟ ਇੱਥੇ ਰੱਖ ਦੇ, ਇੱਥੇ ਬਾਬਾ ਹੀ ਰਹਿੰਦੇ, ਆਮੂ ਦੀ ਕਰਦੇ ਵਹਾ। ਚਲੋ ਜੀ
ਮਾਸ਼ਾਅੱਲਾ ਮਾਸ਼ਾਅੱਲਾ ਪੋਲਾ ਰੰਗੀ ਪਿਆ ਤਾਰ ਪੈਂਦੀ ਕਰਮਾ ਦੇ ਪੋਲਾ ਰੰਗੀ ਪਿਆ ਤਾਰ ਪੈਂਦੀ ਮਾਸ਼ਾ ਬੱਚੇ ਨੂੰ ਛੱਡ ਦਿਓ, ਬੱਚੇ ਨੂੰ ਛੱਡਿਆ ਜਾਂਦਾ ਇਸ ਤਰ੍ਹਾਂ ਠੰਡੋ ਲਾ ਦਿਓ ਬੱਚਾ ਮਾਸ਼ਾਅੱਲਾ ਦੁੱਧ ਵੀ ਗਾੜਾ ਹੈ ਕਰਮਾਲੀ ਦਾ ਮੱਝਾਂ ਰੰਗ ਮਾਰੋ ਜੀ ਗੜਵੀਆਂ ਮੈਂ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਪਰਲੇ ਜੋ ਨਹੀਂ ਮਿਲਣਾ ਚੌਦਾਂ ਸ
ਸਾਢੇ 14 ਗੜਵੀਆਂ ਹੋ ਜਾਣੇ ਦੋਸਤੋ, ਔਰ ਬਾਕੀ ਬੱਚੇ ਨੂੰ ਵੀ ਛੱਡਿਆ ਮੇਰੇ ਵੀਰ, ਵੇਖ ਲੈਣ ਬੱਚਾ ਪੀਤੀ ਜਾਂਦਾ, ਔਰ ਸ਼ੁਰੂ 'ਚ ਵੇਖਣਾ ਹਵਾਨਾ ਕਿਵੇਂ ਸੀ ਅਤੇ ਬਾਅਦ 'ਚ ਵੇਖਣਾ ਐਂਡ 'ਤੇ ਕੀ ਰਹਿ ਗਿਆ, ਬਿਲਕੁਲ ਨਿਚੋੜ ਕਰ ਗਈ ਕਰਮਾਂ ਵਾਲੀ। ਬਾਕੀ ਮੇਰਾ ਵੀਰਾ ਦੋਸਤਾਂ ਨੂੰ ਮੈਂ ਲਾਮ ਫਿਰ ਵਹਾ ਦੇਣਾ, ਕਦ ਵਹਾ ਦੇਣਾ, ਬਾਕੀ ਜਿਹੜੀ ਗੱਲਬਾਤ ਹੈ ਉਹ ਮਾਲਕਾਂ ਨਾਲ ਕਰ ਲੈਂਦੇ ਹਾਂ ਜੋ ਵੀ ਸੂਰਤ ਹਾਲ। ਆ ਜਾਓ ਜੀ ਭਾਈ ਜਾ। ਅਸਲਾਮ ਵਾਲੇਕਮ ਜੀ। ਜੀ ਭਾਈ ਜਾਨ ਇੱਧਰ ਨੂੰ ਆ ਜਾਓ ਥੋੜ੍ਹਾ ਜਿਹਾ। ਭਾਈ ਜਾਨ ਆਪਣਾ ਨਾਮ ਦੱਸਿਆ? ਮੇਰਾ ਨਾਮ ਚੌਧਰੀ ਬਾਬਰ। ਚੌਧਰੀ ਬਾਬਰ, ਚੌਧਰੀ ਸਾਹਿਬ, ਗੱਲ ਹੈ ਕਿ ਤੁਹਾਡੀ ਮੇਰੀ ਮੁਲਾਕਾਤ ਹੈ ਪਹਿਲੀ ਦਫ਼ਾ, ਇਵੇਂ ਗੱਲ ਹੈ? ਹਾਂਜੀ। ਅਤੇ ਤੁਹਾਡੇ ਕੋਲ ਮੈਂ ਪਹਿਲੀ ਦਫ਼ਾ, ਇਹ ਦੱਸਣਾ ਕਿ ਗਾਂ ਘਰ ਦੀ ਜਾਂ ਵਪਾਰ ਦੀ? ਘਰ ਦੀ। ਜਰਮਨ ਘਰ ਦੀ? ਹਾਂਜੀ। ਕਿਰਮਾ ਸੂਆ ਸੂਈ? ਦੂਸਰਾ ਸੂਆ। ਜਰਮਨ ਦੂਸਰਾ ਸੂਆ ਸੂਈ। ਪਹਿਲੇ ਸੂਏ ਕੀ ਦੁੱਧ ਦਾ ਰਿਕਾਰਡ ਹੈ? ਪਹਿਲਾਂ 22-24 ਕਿਲੋ। 22-24 ਲੀਟਰ ਚੋਣ ਦੇ ਰਹੇ? ਹਾਂਜੀ। ਅੱਛਾ, ਪਿਛਲੇ ਸੂਏ ਦਾ ਕੋਈ ਜਾਨਵਰ ਖਾਲਿਆ? ਹਾਂਜੀ, ਇਹਦੀ ਪਿੱਛੇ ਬੱਚੀ ਸੀ। ਕਿੱਥੇ ਖੜੀ? ਆਹ ਖੜੀ। ਉਹ ਚੱਲ ਬਾਅਦ 'ਚ ਦਿਖਾ ਦਿੰਦੇ, ਖਲੋ ਜੀ। ਅੱਛਾ, ਬਾਕੀ ਇਹਦਾ ਜਿਹੜਾ ਪਿੱਛੇ ਦੀ ਥਣਾਂ ਦੀ ਆਪਣੀ ਗਰੰਟੀ? ਹਾਂਜੀ, ਉਹ ਬਿਲਕੁਲ ਗਰੰਟੀ। ਕਿੰਨੇ ਦਿਨ ਹੋ ਗਿਆ ਉਸ ਸੂਈ ਨੂੰ? ਚੌਥਾ ਦਿਨ ਹੈ। ਚੌਥਾ ਦਿਨ ਹਾਜ਼ਰ ਮੌਕੇ ਆਪਾਂ ਕਿੰਨਾ ਚਵਾ ਦਿਆ? 20-22 ਲੀਟਰ ਚਵਾ ਦਿਆਂਗੇ। 20-22 ਲੀਟਰ ਹਾਜ਼ਰ ਮੌਕੇ ਚਵਾ ਦਿਓ? ਹਾਂਜੀ। ਲੋਹੇ ਤੋੜ ਚਵਾ ਦਿਓ? ਲੋਹੇ ਤੋੜ। ਠੀਕ ਹੋ ਗਿਆ। ਬਾਕੀ ਹੁਣ ਇਹਦਾ ਰੇਟ ਕਰੋ ਪਿਆਰ ਮੁਹੱਬਤ। ਰੇਟ ਦਾ 5.5 ਲੱਖ। 5.5 ਲੱਖ? ਹਾਂਜੀ। ਜ਼ਿਆਦਾ ਨਹੀਂ ਥੋੜ੍ਹਾ ਜਿਹਾ? ਕੋਈ ਆ ਦੋਸਤ ਪਿਆਰ ਮੁਹੱਬਤ ਆਇਆ ਵੀਰ ਦੀ ਕਦਰ ਹੋ ਜਾਏਗੀ ਜੀ? ਠੀਕ ਹੋ ਗਿਆ। ਇਹ ਮੇਰਾ ਵੀਰਾ ਭਰਾਵਾਂ ਦੋਸਤਾਂ ਦੇਖ ਲਿਆ, 5.5 ਲੱਖ ਰੁਪਈਆ ਭਾਈ ਬਾਬਰ ਨੇ ਰੇਟ ਕੀਤਾ, ਔਰ ਦੂਸਰੇ ਸੂਏ ਗਾਂ ਉਹਨਾਂ ਕੋਲ ਸੂਈ ਜੈਨੂਨ ਕਰ ਦਈਏ। ਪਿਛਲੇ ਸੂਏ 22-24 ਲੀਟਰ ਉਹ ਕਹਿੰਦੇ ਨੇ ਅਸੀਂ ਚੋਂਦੇ ਰਹੇ, ਐਤਕੀ ਹਾਜ਼ਰ ਮੌਕੇ 4th ਦਿਨ ਹੋ ਗਿਆ ਸੂਈ ਨੂੰ, ਅਤੇ ਹਾਜ਼ਰ ਮੌਕੇ ਉਹਨੇ ਕਿਹਾ 20 ਕਿਲੋ ਮੈਂ ਚਵਾ ਕੇ ਦਿਆਗਾ। ਹੁਣ ਵੀ ਅਗਾ ਮੈਲਾ ਛੱਡ ਕੇ ਕਿੰਨਾ ਕੁ ਕਰੇਗੀ? 27-28 ਲੀਟਰ ਕਰੇਗੀ। 27-28 ਲੀਟਰ ਆਰਾਮ ਨਾਲ ਕਰੇ? ਆਰਾਮ। ਠੀਕ ਹੋ ਗਿਆ। ਬੱਚੇ ਨੂੰ ਛੱਡ ਕੇ ਚੁੰਦ ਰਿਹਾ? ਬੱਚੇ ਨੂੰ ਛੱਡ ਕੇ 22-24 ਲੀਟਰ? ਪਿਛਲੀ ਵਾਰੀ ਬੱਚੀ ਹੈ, ਐਤਕੀ ਵੀ ਬੱਚੀ। ਠੀਕ ਹੋ ਗਿਆ। ਔਰ ਇਹ ਮੈਂ ਆਪਣੇ ਵੀਰਾਂ ਦੋਸਤਾਂ ਨੂੰ ਵੱਛੀ ਵਹਾਉਣਾ, ਹਜੇ ਕੱਚੀ ਖੀਰੀ ਹੈ ਇਹਨੂੰ, ਯਾਨੀ ਕਿ ਕਿੰਨੀ ਦੇਰ ਬਾਅਦ ਫਿਰ ਸੂ ਪਈ ਹੈ? 14 ਮਹੀਨਿਆਂ ਬਾਅਦ ਸੂ ਪਈ ਹੈ। 14 ਮਹੀਨਿਆਂ ਬਾਅਦ ਫਿਰ ਸੂ ਪਈ? ਠੀਕ ਹੋ ਗਿਆ। ਇਹ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇਖ ਲਿਆ, ਸਾਰੀ ਗੱਲਬਾਤ ਭਾਈ ਬਾਬਰ ਦੀ ਕੈਮਰੇ ਦੀ ਨਜ਼ਰ ਦੇ ਸਾਹਮਣੇ ਹੋ ਗਈ ਹੈ। ਕਿਸੇ ਮੇਰੇ ਵੀਰ ਭਰਾ ਦੋਸਤ ਨੂੰ ਵੀਡੀਓ ਪਸੰਦ ਆਵੇ, ਕੋਈ ਵੀਰ ਭਰਾ ਖਰੀਦਣਾ ਚਾਹੁੰਦਾ ਹੋਵੇ, ਮੇਰਾ ਰਾਬਤਾ ਨੰਬਰ ਲੈ ਸਕਦਾ ਹੈ 0302-4029-695, 0302-4029-695। ਇਹੀ ਦੋਸਤਾਂ ਮੇਰਾ ਵਟਸਐਪ ਨੰਬਰ ਹੈ, ਇਹੀ ਦੋਸਤਾਂ ਮੇਰਾ ਰਾਬਤਾ ਨੰਬਰ ਹੈ। ਉਮੀਦ ਕਰਨਾ ਕਿ ਮੇਰਾ ਦੋਸਤਾਂ ਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਵੇਗੀ, ਔਰ ਬਾਕੀ ਅਗਲੇ ਸੂਬੇ ਦੀ ਵੱਛੀ ਵੀ ਮੇਰਾ ਦੋਸਤਾਂ ਨੂੰ ਖਾਵਾਂਗੇ। ਇਹ ਮੇਰੇ ਵੀਰ ਵੇਖ ਲੈਣ, ਸਾਰਾ ਮਾਲ ਘਰ ਦਾ ਖਾਲਿਆ ਦੋਸਤੋ। ਇਸ ਗਾਂ ਦੀ ਇਹ ਵੱਛੀ ਪਿਛਲੇ ਸੂਏ ਦੀ, ਉਸ ਗਾਂ ਦੀ ਇਹ ਵੱਛੀ ਜੀ, ਇਹ ਮੇਰੇ ਵੀਰ ਵੇਖ ਲੈਣ ਪਿਛਲੇ ਸੂਏ ਦੀ, ਮਾਸ਼ਾਅੱਲਾ ਕੱਚੀ ਖੀਰੀ ਹੈ ਜੇ ਇਹ ਦੋਸਤਾਂ। ਬਾਕੀ ਇਹ ਜਿਹੜੀ ਵੱਛੀ ਹੈ ਇਹ ਇਹਨਾਂ ਦੇ ਘਰ ਦੀ, ਇਹ ਵੀ ਵੇਚਣੀ ਪਹਿਲਾਂ ਤਿਆਰ ਹੁੰਦੀ ਪਈ, ਇਹ ਮੇਰੇ ਵੀਰ ਵੇਖ ਲੈਣ। ਬਾਕੀ ਇਹ ਵੱਛੀ ਅਜੇ ਕੋਈ 4 ਮਹੀਨੇ ਲੈਂਦੀ, ਇਹ ਛੋਟੀ ਖਲੀ ਹੈ, ਇਹ ਬੱਕਰੀਆਂ ਖਲੀਆਂ ਨੇ। ਬਾਕੀ ਦੋਸਤਾਂ ਵੀਰਾਂ ਨੇ ਵੇਖ ਲਿਆ, ਅਗਰ ਵੀਡੀਓ ਪਸੰਦ ਆਵੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਨਹੀਂ ਦੋਸਤਾਂ ਭੁੱਲਣਾ। ਔਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਨਾਜ਼ਮ ਨੂੰ ਦੇਣੀ ਇਜਾਜ਼ਤ। ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।